ਪੰਜਾਬ ਦੀ ਜਵਾਨੀ ਜਿੱਥੇ ਨਸ਼ੇ ਦੀ ਭੇਂਟ ਚੜ੍ਹਦੀ ਜਾ ਰਹੀ ਹੈ, ਉੱਥੇ ਹੀ ਵਿਦੇਸ਼ ਜਾਣ ਦਾ ਨਸ਼ਾ ਵੀ ਇਸ ਲਈ ਘਾਤਕ ਸਾਬਤ ਹੋ ਰਿਹਾ। ਹਾਲ ਹੀ 'ਚ ਨਡਾਲਾ ਦਾ ਸੁਨੀਲ ਕੁਮਾਰ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮੈਰੀਕਾ ਜਾਂਦਾ ਹੋਇਆ ਮਾਰਿਆ ਗਿਆ, ਜਿਸ ਤੋਂ ਬਾਅਦ ਪੰਜਾਬ ਦੀ ਸਿਆਸਤ 'ਚ ਚਰਚਿਤ ਚਿਹਰੇ ਸੁਖਪਾਲ ਖਹਿਰਾ ਨੇ ਮਾਮਲੇ ਨੂੰ ਜ਼ੋਰ ਸ਼ੋਰ ਦੇ ਨਾਲ ਚੁੱਕਿਆ। ਖਹਿਰਾ ਨੇ ਫਰਜ਼ੀ ਟਰੈਵਲ ਏਜੰਟਾਂ ਵੱਲੋਂ ਮਾਰੇ ਗਏ ਪਿੰਡ ਨਡਾਲਾ ਦੇ ਨੌਜਵਾਨ ਸੁਨੀਲ ਕੁਮਾਰ ਦੇ ਪਰਿਵਾਰ ਦੇ ਨਾਲ ਹਮਦਰਦੀ ਪ੍ਰਗਟ ਕੀਤੀ ਹੈ। ਖਹਿਰਾ ਨੇ ਦੱਸਿਆ ਕਿ ਕਿਸ ਤਰੀਕੇ ਫਰਜ਼ੀ ਟਰੈਵਲ ਏਜੰਟ ਦੇ ਹੱਥੇ ਚੜ੍ਹ ਕੇ ਸੁਨੀਲ ਕੁਮਾਰ ਆਪਣੀ ਜਾਨ ਤੋਂ ਹੱਥ ਧੋ ਬੈਠਿਆ। ਇਹ ਐਲਾਨ ਕਰਨਾ ਪੈ ਰਿਹਾ, ਦੱਸਣਾ ਪੈ ਰਿਹਾ ਮੀਡੀਆ ਦੇ ਰਾਹੀਂ, ਗੌਰਮੈਂਟ ਨੂੰ ਦੱਸਣਾ ਚਾਹੁੰਦਾ, ਗੌਰਮੈਂਟ ਨਾਲ ਗੱਲ ਵੀ ਕਰ ਰਿਹਾ ਮੈਂ, ਕਿ ਮੇਰੀ ਕੋਨਸਟੀਟੂਐਂਸੀ ਭੁਲੱਥ ਵਿੱਚ ਕਸਬਾ ਪੈਂਦਾ ਨਡਾਲਾ ਨਗਰ ਪੰਚਾਇਤ ਹੈ। ਉਸ ਨਡਾਲੇ 'ਚੋਂ ਇੱਕ ਸਾਡਾ ਨੌਜਵਾਨ ਬੱਚਾ ਸੁਨੀਲ ਕੁਮਾਰ, ਸਪੁੱਤਰ ਦਵਿੰਦਰ ਕੁਮਾਰ, ਜਿਹੜਾ ਕਿ ਟਰੈਵਲ ਏਜੰਟਾਂ ਦਾ ਹਿਊਮਨ ਟ੍ਰੈਫਿਕਿੰਗ ਗੈਂਗ ਦਾ ਸ਼ਿਕਾਰ ਹੋਇਆ, ਮਨੁੱਖੀ ਤਸਕਰਾਂ ਦਾ ਸ਼ਿਕਾਰ ਹੋ ਕੇ ਉਸ ਨੂੰ ਉਹਨਾਂ ਨੇ ਝਾਂਸਾ ਦੇ ਕੇ ਨਾਲੇ ਤਾਂ 20 ਲੱਖ ਰੁਪਇਆ ਲਿਆ ਇਸ ਦੇ ਪਰਿਵਾਰ ਕੋਲੋਂ, ਔਰ 20 ਲੱਖ ਰੁਪਇਆ ਲੈਣ ਤੋਂ ਬਾਅਦ ਗੈਰ ਕਾਨੂੰਨੀ ਢੰਗ ਦੇ ਨਾਲ ਅਮੈਰੀਕਾ ਲਿਜਾਣ ਦਾ ਉਹਨਾਂ ਦਾ ਵਾਅਦਾ ਸੀਗਾ। 24 ਅਪ੍ਰੈਲ ਨੂੰ ਇਸ ਨੂੰ ਆਪਣੇ ਇਹਦੇ ਘਰੋਂ ਨਡਾਲੇ ਤੋਂ ਉਹ ਲੈ ਗਏ ਨੇ। ਇਹਨਾਂ ਨੂੰ ਇਹ ਦੱਸ ਕੇ ਗਏ ਕਿ ਅਸੀਂ ਉਹਨੂੰ ਵਾਇਆ ਦੁਬਈ ਲੈ ਕੇ ਜਾਵਾਂਗੇ ਅਮੈਰੀਕਾ, ਔਰ ਉਸ ਤੋਂ ਬਾਅਦ 24 ਅਪ੍ਰੈਲ ਤੋਂ ਬਾਅਦ ਅੱਜ ਤੱਕ ਉਹਨਾਂ ਨੂੰ ਕੋਈ ਖਬਰ ਨਹੀਂ ਸੀਗੀ। ਔਰ ਹੁਣ ਅੱਜ ਸਵੇਰੇ ਉਹਨਾਂ ਦੇ ਪਰਿਵਾਰ ਨੇ ਮੈਨੂੰ ਅਪਰੋਚ ਕੀਤਾ, ਸਾਡੇ ਉੱਥੇ ਜਿਹੜੇ ਪ੍ਰਮੁੱਖ ਵਿਅਕਤੀ ਨੇ ਮੇਰੇ ਨਾਲ ਮੇਰੀ ਪਾਰਟੀ ਦੇ, ਸੰਦੀਪ ਪਸਰੀਚਾ, ਜਿਹੜੇ ਕਿ ਸਰਪੰਚ ਵੀ ਰਹੇ ਨੇ ਪਿੰਡ ਦੇ ਔਰ ਕੌਂਸਲਰ ਵੀ ਨੇ, ਉਹਨਾਂ ਨੇ ਸਾਰੀ ਇਨਫੋਰਮੇਸ਼ਨ ਮੈਨੂੰ ਪਾਸ ਕੀਤੀ ਕਿ ਸੁਨੀਲ ਕੁਮਾਰ ਨੂੰ ਕੋਲੰਬੀਆ ਦੇ ਨੇੜੇ, ਕੋਲੰਬੀਆ ਦੇ ਵਿੱਚ ਜੰਗਲਾਂ ਦੇ ਵਿੱਚ USA ਦੇ ਬਾਰਡਰ ਨੂੰ ਜਦੋਂ ਲੈ ਕੇ ਜਾ ਰਹੇ ਸੀਗੇ, ਬਹੁਤ ਸਾਰੇ ਬੱਚੇ ਹੋਰ ਵੀ ਨੇ ਉਹਦੇ ਨਾਲ, ਇਕੱਲਾ ਨਹੀਂ ਸੀਗਾ, ਪੂਰਾ ਇਹਨਾਂ ਦਾ ਇੱਕ ਗਰੁੱਪ ਲੈ ਕੇ ਜਾਂਦੇ ਨੇ ਇਹ, ਆਹ ਕੁਛ ਹੋਰ ਬੱਚਿਆਂ ਦੀਆਂ ਤਸਵੀਰਾਂ ਵੀ ਮੇਰੇ ਨਾਲ ਨੇ, ਔਰ ਇਹਨਾਂ ਨੂੰ ਇਕੱਠਿਆਂ ਨੂੰ ਲੈ ਕੇ ਜੰਗਲਾਂ ਦੇ ਰਾਹੀਂ ਜਾਂ ਵਾਟ ਐਵਰ ਲੋਕਲ ਉੱਥੇ ਨਦੀਆਂ ਨੁਦੀਆਂ ਕ੍ਰੋਸ ਕਰਾਉਂਦੇ ਨੇ, ਉਸ ਨੂੰ ਇੱਕ ਲਫ਼ਜ਼ ਰੱਖਿਆ ਹੋਇਆ ਇਹਨਾਂ ਨੇ, ਇਹਨੂੰ ਉਹਨੂੰ ਡੋਂਕੀ ਕਹਿੰਦੇ ਨੇ, ਯਾਨੀ ਕਿ ਮੇਰਾ ਖਿਆਲ ਅਗਰ ਮੈਂ ਗਲਤ ਨਾ ਹੋਵਾਂ ਤਾਂ ਗਧੇ ਬਣਾ ਕੇ ਲੈ ਕੇ ਜਾਂਦੇ ਨੇ ਉਹਨਾਂ ਨੂੰ, ਇਸ ਲਫ਼ਜ਼ ਡੋਂਕੀ ਨੂੰ ਡੋਂਕੀ ਰਾਹੀਂ ਉਹਨਾਂ ਨੂੰ ਉਹ ਬਾਰਡਰ ਤੱਕ ਲੈ ਕੇ ਜਾਂਦੇ ਨੇ। ਅਤੇ ਇਹਨਾਂ ਦਾ ਜਿਹੜੇ ਨਾਲ ਦੇ ਬੱਚੇ ਸੀ ਉਹਨਾਂ ਨੇ ਡਿਸਕਲੋਜ਼ ਕੀਤਾ ਕਿ ਸੁਨੀਲ ਕੁਮਾਰ ਦੇ ਲੱਤ ਦੇ ਉੱਤੇ ਬਹੁਤ ਸੀਰੀਅਸ ਇੰਜਰੀ ਹੋ ਗਈ ਸੀਗੀ, ਔਰ ਜਦੋਂ ਕੋਈ ਇੰਜਰ ਹੋ ਜਾਂਦਾ ਬੱਚਾ, ਜਿਹੜੀ ਕਿ ਉਹਦੀ ਇੰਜਰੀ ਦਿਖਾਈ ਦੇ ਰਹੀ ਆ, ਜਦੋਂ ਉਹ ਕਹਿੰਦੇ ਕਿ ਜਦੋਂ ਕੋਈ ਗਰੁੱਪ ਦੇ ਵਿੱਚੋਂ ਇੰਜਰ ਹੋ ਜਾਂਦਾ, ਕੋਈ ਸੱਟ ਲੱਗ ਜਾਂਦੀ, ਤਾਂ ਉਹ ਕੰਪੀਟੈਂਟ ਨਹੀਂ ਗਾ ਇਹਨਾਂ ਦੇ ਨਾਲ ਤੁਰ ਕੇ ਜਾਣ ਨੂੰ ਜਾਂ ਦਰਿਆ ਦੇ ਵਿੱਚੋਂ ਦੇ ਲੰਘਣ ਨੂੰ। ਅਤੇ ਜਿਹੜੇ ਇਹ ਗੈਂਗਸਟਰ ਨੇ ਜਿਹੜੇ ਕਿ ਥੱਲਿਓਂ ਪੰਜਾਬ 'ਚੋਂ ਲੈ ਕੇ ਅਮੈਰੀਕਾ ਤੱਕ ਪੂਰੀ ਚੇਨ ਬਣੀ ਆ ਹਿਊਮਨ ਟ੍ਰੈਫਿਕਿੰਗ ਗੈਂਗਸ ਦੀ, ਮਨੁੱਖੀ ਤਸਕਰਾਂ ਦੀ, ਉਹ ਫਿਰ ਉਸ ਵਿਅਕਤੀ ਨੂੰ ਉੱਥੇ ਮਾਰ ਕੇ ਸੁੱਟ ਦਿੰਦੇ ਨੇ, ਚਾਹੇ ਦਰਿਆ 'ਚ ਸੁੱਟ ਦਿੰਦੇ ਨੇ ਜਾਂ ਉਸਨੂੰ ਜੰਗਲ ਵਿੱਚ ਸੁੱਟ ਦਿੰਦੇ ਨੇ, ਕਿਉਂਕਿ ਉਹ ਫਿਰ ਉਹਨਾਂ ਦੇ ਨਾਲ ਤੁਰ ਕੇ ਅਤੇ ਗੈਰ ਕਾਨੂੰਨੀ ਢੰਗ ਦੇ ਨਾਲ ਅਮੈਰੀਕਾ ਦੇ ਵਿੱਚ ਐਂਟਰ ਨਹੀਂ ਹੋ ਸਕਦਾ। ਸੋ ਇਹ ਬਹੁਤ ਭਿਆਨਕ ਵਾਕਿਆ ਗੁਜ਼ਰਿਆ ਜਿਹੜਾ ਸਾਡੇ ਇਲਾਕੇ ਦੇ ਨਾਲ। ਸੁਖਪਾਲ ਖਹਿਰਾ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਸੁਨੀਲ ਕੁਮਾਰ ਦੀ ਲਾਸ਼ ਨੂੰ ਭਾਰਤ ਲਿਆਂਦਾ ਜਾਵੇ। ਉਹਨਾਂ ਪੰਜਾਬ ਸਰਕਾਰ ਦੀ ਨੁਕਤਾਚੀਨੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਚੋਣ ਮਨੋਰਥ ਪੱਤਰ 'ਚ ਕੀਤੇ ਰੁਜ਼ਗਾਰ ਦੇਣ ਦੇ ਵਾਅਦੇ ਨੂੰ ਪੂਰਾ ਕਰੇ, ਤਾਂ ਜੋ ਨੌਜਵਾਨਾਂ ਨੂੰ ਆਪਣੀ ਜਾਨ ਤਲੀ 'ਤੇ ਰੱਖ ਕੇ ਵਿਦੇਸ਼ ਜਾਣਾ ਹੀ ਨਾ ਪਵੇ। ਇਹ ਕੋਈ ਨੋਰਮਲ ਹਿਊਮਨ ਟ੍ਰੈਫਿਕਿੰਗ ਜਾਂ ਪੈਸੇ ਦੇ ਕੇ ਧੋਖਾਧੜੀ ਦਾ ਮਾਮਲਾ ਨਹੀਂ ਗਾ, ਇਹ ਸਿੱਧਾ ਸਿੱਧਾ ਕਤਲ ਦਾ ਮਾਮਲਾ ਵਾ। ਉਹ ਮੈਨੂੰ ਉਮੀਦ ਹੈ ਕਿ ਪੰਜਾਬ ਦੀ ਪੁਲਿਸ ਇਹਦੇ 'ਤੇ ਪੁਖਤਾ ਅਤੇ ਤੇਜ਼ੀ ਦੇ ਨਾਲ ਸਖ਼ਤ ਕਾਰਵਾਈ ਕਰੇਗੀ, ਤਾਂ ਕਿ ਦੂਸਰੇ ਟਰੈਵਲ ਏਜੰਟਸ ਨੂੰ ਇਹਦਾ ਜਿਹੜਾ ਹੈ ਸੁਨੇਹਾ ਮਜ਼ਬੂਤ ਜਾ ਸਕੇ। ਇੱਥੇ ਮੈਨੂੰ ਥੋੜ੍ਹਾ ਦੁੱਖ ਨਾਲ ਕਹਿਣਾ ਪੈਂਦਾ ਕਿ ਕਾਂਗਰਸ ਪਾਰਟੀ ਨੇ ਆਪਣੇ ਇਲੈਕਸ਼ਨ ਮੈਨੀਫੈਸਟੋ 'ਚ ਕਿਹਾ ਸੀਗਾ ਕਿ ਅਸੀਂ ਜਿਹੜਾ ਇਹ ਟਰੈਵਲ ਏਜੰਟਸ ਦਾ ਕੰਮ ਹੈ ਇਸ ਨੂੰ
ਅਸੀਂ ਜਿਹਨੂੰ ਕਹਿੰਦੇ ਲੈਜੀਟੀਮੇਟ ਤਰੀਕੇ ਨਾਲ ਪੰਜਾਬ ਵਿੱਚ ਚਲਾਵਾਂਗੇ, ਕਿਸੇ ਨੂੰ ਗੈਰ ਕਾਨੂੰਨੀ ਨਹੀਂ ਕਰਨ ਦੇਵਾਂਗੇ। ਲੇਕਿਨ 16 ਮਹੀਨਿਆਂ ਤੋਂ ਬਾਅਦ ਅੱਜ ਵੀ ਸੁਨੀਲ ਵਰਗੇ ਕਈ ਬੱਚੇ ਇਹਨਾਂ ਦਾ ਸ਼ਿਕਾਰ ਹੋ ਰਹੇ ਨੇ। ਇਹਦਾ ਮਤਲਬ ਹੈ ਕਿ ਗੈਰ ਕਾਨੂੰਨੀ ਮਨੁੱਖੀ ਤਸਕਰੀ ਦਾ ਕੰਮ ਪੰਜਾਬ ਦੇ ਵਿੱਚ ਪੂਰੇ ਜ਼ੋਰਾਂ 'ਤੇ ਆ, ਔਰ ਕਿ ਕੋਈ ਵੀ ਕਾਨੂੰਨ ਜਾਂ ਕੋਈ ਲੋਅ ਬਣਾਉਣ ਵਿੱਚ ਪੰਜਾਬ ਦੀ ਸਰਕਾਰ ਬੁਰੀ ਤਰ੍ਹਾਂ ਅਸਫਲ ਰਹੀ ਹੈ। ਔਰ ਇੱਥੇ ਮੈਨੂੰ ਇਹ ਵੀ ਕਹਿਣ ਵਿੱਚ ਕੋਈ ਗੁਰੇਜ਼ ਨਹੀਂ ਕਰਦਾ ਕਿ ਅਗਰ ਸਾਡੇ ਬੱਚਿਆਂ ਨੂੰ ਪੰਜਾਬ ਦੇ ਵਿੱਚ ਬਾਇੱਜ਼ਤ ਰੋਟੀ ਮਿਲਦੀ ਹੋਵੇ ਤਾਂ ਮੈਂ ਨਹੀਂ ਮੰਨਦਾ ਕਿ ਕੋਈ ਵੀ ਬੱਚਾ ਆਪਣੇ ਪੇਰੈਂਟਸ ਨੂੰ ਛੱਡ ਕੇ ਨਾਲੇ 20 ਲੱਖ ਰੁਪਇਆ ਖਰਚ ਕੇ ਵਿਦੇਸ਼ਾਂ ਵਿੱਚ ਜੰਗਲਾਂ ਦੇ ਵਿੱਚ ਜਾ ਕੇ ਆਪਣੀ ਜਾਨ ਗਵਾਉਣਗੇ। ਹਾਲ ਹੀ ਵਿੱਚ ਇਰਾਕ ਦੇ ਵਿੱਚ ਵੀ 27 ਪੰਜਾਬੀਆਂ ਦੇ ਮੁੰਡਿਆਂ ਦੀ ਜਾਨ ਗਈ ਸੀਗੀ, ਪਰ ਮੇਰਾ ਨਹੀਂ ਖਿਆਲ ਗਵਰਨਮੈਂਟ ਨੇ ਕੋਈ ਇਹਦੇ ਤੋਂ ਲੈਸਨ ਲਰਨ ਕੀਤਾ। ਸਾਡੇ ਪੰਜਾਬ ਦੇ ਵਿੱਚ ਇੰਪਲੋਇਮੈਂਟ ਦੀ ਬਹੁਤ ਬਹੁਤ ਲੋੜ ਹੈ, ਔਰ ਇਸੇ ਹੀ ਇੰਪਲੋਇਮੈਂਟ ਨਾ ਮਿਲਣ ਦੇ ਕਰਕੇ ਇੱਦਾਂ ਬੱਚੇ ਮਰਦੇ ਨੇ ਅਤੇ ਨਸ਼ਿਆਂ ਦੇ ਵਿੱਚ ਬੱਚੇ ਮਰਦੇ ਨੇ। ਇਸ ਲਈ ਮੇਰੀ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਪੁਰਜ਼ੋਰ ਸਿਫਾਰਿਸ਼ ਹੈ ਕਿ ਤੇਜ਼ੀ ਦੇ ਨਾਲ ਹਿਊਮਨ ਟ੍ਰੈਫਿਕਿੰਗ ਦੇ ਖਿਲਾਫ ਇੱਕ ਬਹੁਤ ਪੁਖਤਾ ਲੋਅ ਬਣਾ ਕੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਲਿਆਂਦਾ ਜਾਵੇ, ਔਰ ਜਿੰਨੀ ਜਲਦੀ ਤੋਂ ਜਲਦੀ ਵੱਧ ਤੋਂ ਵੱਧ ਰੁਜ਼ਗਾਰ ਦੇ ਸਾਧਨ ਪੰਜਾਬ ਦੇ ਵਿੱਚ ਪੈਦਾ ਕੀਤੇ ਜਾ ਸਕਣ ਤਾਂ ਕਿ ਸਾਡੇ ਬੱਚੇ ਜਿਹੜੇ ਨੇ ਉਹ ਵਿਦੇਸ਼ਾਂ ਵਿੱਚ ਖੱਜਲ ਖੁਆਰ ਨਾ ਹੋਣ ਅਤੇ ਇਸ ਤਰ੍ਹਾਂ ਦੇ ਨਾਲ ਮਾਰੇ ਨਾ ਜਾ ਸਕਣ। ਵੇਖਣ ਸੁਣਨ ਨੂੰ ਸੁਖਪਾਲ ਸਿੰਘ ਖਹਿਰਾ ਦੀਆਂ ਗੱਲਾਂ ਪੰਜਾਬ ਦੇ ਭਲੇ ਦਾ ਰਾਹ ਖੋਲਦੀਆਂ ਨੇ, ਪਰ ਨਾ ਜਾਣੇ ਕਿਉਂ ਪੰਜਾਬ ਸਰਕਾਰ ਇਸ ਬਾਰੇ ਕੋਈ ਗੌਰ ਕਰਨ ਨੂੰ ਤਿਆਰ ਨਹੀਂ। ਪਰ ਸ਼ਾਇਦ ਫਰਜ਼ੀ ਟਰੈਵਲ ਏਜੰਟ ਅੱਜ ਵੀ ਧੜੱਲੇ ਦੇ ਨਾਲ ਆਪਣਾ ਧੰਦਾ ਚਲਾ ਰਹੇ ਨੇ, ਜਿਸ ਨਾਲ ਕੀਮਤੀ ਇਨਸਾਨੀ ਜਾਨਾਂ ਜਾਣ ਦਾ ਸਿਲਸਿਲਾ ਬਰਕਰਾਰ ਹੈ। ਬਿਊਰੋ ਰਿਪੋਰਟ, D5 ਚੈਨਲ, ਪੰਜਾਬੀ।